ਕੁੰਵਰ ਵਿਜੇ ਪ੍ਰਤਾਪ ਹੋਰਾਂ ਨੇ ਬੀਤੀ ਰਾਤ ਇੱਕ ਹੋਰ ਪੋਸਟ ਪਾਈ ਹੈ, ਬਹੁਤ ਵੱਡੇ ਸਵਾਲ ਖੜੇ ਕੀਤੇ ਆ। ਸਵਾਲ ਪੰਜਾਬੀਆਂ ਦੇ ਨਾਲ ਜੁੜੇ, ਪੰਜਾਬੀਆਂ ਦੇ ਨੇ ਭਾਵੁਕਤਾ ਦੇ ਨਾਲ ਜੁੜੇ ਸਵਾਲ ਹੈ, ਸਰਕਾਰ ਤੇ ਵੀ ਹੈ, SIT ਤੇ ਵੀ ਹੈ ਤੇ ਹੋਰਾਂ ਤੇ ਵੀ ਹੈ। ਕੀ ਕੁਝ ਕਹਿੰਦੇ ਆ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਸਵਾਲ, ਕੀ ਕੁਝ ਇਹਦੇ ਅੱਗੇ ਪਿੱਛੇ ਦੀ ਸੱਚਾਈ ਹੈ? ਬਹੁਤ ਅਹਿਮ ਤੱਥ ਤੁਹਾਡੇ ਅੱਗੇ ਪੇਸ਼ ਕਰਾਂਗੇ ਔਰ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਉਧਰ ਡਰੱਗ ਮਾਮਲਿਆਂ ਦੇ ਵਿੱਚ ਵੀ ਵੱਡੇ ਖੁਲਾਸੇ ਹੋਏ ਨੇ, ਜਿੱਥੇ ਸੁਪਰੀਮ ਕੋਰਟ ਦੇ ਵੱਲੋਂ ਰਾਜੀ ਦੀ ਜ਼ਮਾਨਤ ਅਰਜੀ ਕੈਂਸਲ ਕਰ ਦਿੱਤੀ ਹੈ, ਖਾਰਜ ਕਰ ਦਿੱਤੀ ਹੈ, ਤਾਂ ਉੱਥੇ ਹੀ ED ਦੇ ਸਾਬਕਾ ਡਿਪਟੀ ਡਾਇਰੈਕਟਰ ਸਰਦਾਰ ਨਿਰੰਜਨ ਸਿੰਘ ਹੋਰਾਂ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ। ਅਹਿਮ ਖੁਲਾਸੇ ਆ, ਹੈਰਾਨੀਜਨਕ ਖੁਲਾਸੇ ਆ ਡਰੱਗ ਮਾਮਲਿਆਂ ਦੇ ਵਿੱਚ। ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਅਰਵਿੰਦ ਕੇਜਰੀਵਾਲ ਜੇਲ੍ਹ ਜਾਂਦੇ ਆ ਤਾਂ ਮੁੱਖ ਮੰਤਰੀ ਮਗਰੋਂ ਕੌਣ ਹੋਵੇਗਾ, ਅੱਜ ਤੈਅ ਹੁਣ ਜਾ ਰਿਹਾ। ਨਾਲ ਹੀ ਨਾਲ ਗੱਲਬਾਤ ਜਿਹੜੀ ਆ ਕਰਾਂਗੇ ਕਿ ਜਿਹੜੇ ਕਈ ਸੂਬਿਆਂ ਦੇ ਵਿੱਚ ਚੋਣਾਂ ਹੋਈਆਂ ਨੇ ਉਹਨਾਂ ਦੇ ਐਗਜ਼ਿਟ ਪੋਲ ਕੀ ਕਹਿੰਦੇ ਆ, ਕਿੱਥੇ ਕਿੱਥੇ ਕਿਹਦੀ ਸਰਕਾਰ ਆਈ ਆ, ਸਾਰੀਆਂ ਖਬਰਾਂ ਤੇ ਵਿਸਥਾਰਪੂਰਵਕ ਚਰਚਾ ਦੇ ਲਈ ਮੈਂ ਨਾਨਕੀ ਸਾਹਿਬ ਜੁੜ ਚੁੱਕੇ ਆ। ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ, ਨਾਨਕੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਵਿੱਚ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਨਾਨਕੀ ਸਾਹਿਬ, ਬੀਤੀ ਰਾਤ ਨਾ ਇੱਕ ਪੋਸਟ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੇ ਵੱਲੋਂ ਪਾਈ ਜਾਂਦੀ ਹੈ, ਬਹੁਤ ਵੱਡੇ ਸਵਾਲ। ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੀ ਇਹ ਪੋਸਟ ਤੁਸੀਂ ਵੀ ਪੜ੍ਹ ਸਕਦੇ ਹੋ, ਜਿਹਦੇ ਵਿੱਚ ਉਹ ਲਿਖਦੇ ਆ ਕਿ ਬਹਿਬਲ ਕਲਾਂ ਗੋਲੀਕਾਂਡ ਦਾ ਜ਼ਿੰਮੇਵਾਰ ਕੌਣ, 3 ਸਾਲ ਬਾਅਦ ਅੱਜ ਅਪਰੂਵਰ, ਵਾਅਦਾ ਮੁਆਫ ਗਵਾਹ ਦੇ ਮੁੱਦੇ ਤੇ ਰਾਜਨੀਤੀ ਕਿਉਂ ਹੋ ਰਹੀ ਹੈ, ਜਦਕਿ ਉਸ ਸਮੇਂ ਦੀ ਸਰਕਾਰ ਨੇ ਇਸ ਨੂੰ ਪ੍ਰਵਾਨਗੀ ਵੀ ਦਿੱਤੀ ਹੈ ਤੇ ਮਾਣਯੋਗ ਹਾਈ ਕੋਰਟ ਨੇ ਵੀ ਇਸ ਬਾਰੇ ਦੋਸ਼ੀਆਂ ਦੀ ਅਰਜੀ ਖਾਰਜ ਕਰ ਦਿੱਤੀ ਹੈ। 4/7/2022 ਸਰਕਾਰੀ SIT ਅਤੇ ਸਰਕਾਰੀ ਪੈਰੋਕਾਰ ਵੀ ਸਿਰਫ ਰਾਜਨੀਤੀ ਕਰ ਰਹੇ ਨੇ, ਇਹ ਬਹੁਤ ਅਹਿਮ ਲਾਈਨ ਹੈ। ਮੈਨੂੰ ਪਹਿਲੇ ਦਿਨ ਤੋਂ ਪੂਰਨ ਆਸ ਹੈ ਕਿ ਇਨਸਾਫ਼ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵਿੱਚ ਹੀ ਹੋਵੇਗਾ, ਮੇਰੀ ਜੰਗ ਜਾਰੀ ਰਹੇਗੀ, ਹਰ ਤਸ਼ੱਦਦ ਸਹਿਣ ਨੂੰ ਤਿਆਰ ਹਾਂ। ਇਹ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰੀ ਕਹਿੰਦੇ ਆ। ਅਣਕ ਸਾਹਿਬ, ਰਾਤ ਵੀ ਆਪਾਂ ਗੱਲ ਕੀਤੀ ਸੀ ਕਿ ਸੁਖਰਾਜ ਸਿੰਘ ਹੈਰੀ ਅਤੇ ਔਰ ਉਹਨਾਂ ਦੀ ਜਿਹੜੀ ਟੀਮ ਹੈ ਇਹ ਪ੍ਰਦੀਪ ਸਿੰਘ ਦੇ ਵਾਅਦਾ ਮੁਆਫ਼ ਗਵਾਹ ਬਣਨ ਦੇ ਉੱਪਰ ਸਵਾਲ ਚੁੱਕ ਰਹੇ ਆ, ਤਾਂ ਹੁਣ ਉਹੀ ਸਵਾਲ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਪੁੱਛਿਆ ਕਿ ਵਾਅਦਾ ਮੁਆਫ਼ ਗਵਾਹ ਦੇ ਉੱਪਰ ਰਾਜਨੀਤੀ ਕਿਉਂ ਹੋ ਰਹੀ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜ਼ਿੰਮੇਵਾਰ ਕੌਣ ਹੈ, ਕੁਝ ਖਬਰਾਂ ਵੀ ਉਹਨਾਂ ਨੇ ਨਾਲ ਪੋਸਟਾਂ ਪਾਈਆਂ ਨੇ, ਕਿਵੇਂ ਦੇਖਦੇ ਹੋ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੀ ਇਸ ਪੋਸਟ ਨੂੰ? ਬਿਲਕੁਲ ਸੁਖਵਿੰਦਰ ਜੀ, ਅਸੀਂ ਰਾਤੀ ਵੀ ਇਸ ਪ੍ਰੋਗਰਾਮ ਦੇ ਸੰਬੰਧੀ ਜਾਂ ਇਹਦੇ ਵਿਚਾਰ ਚਰਚਾ ਜਿਹੜੀ ਕੀਤੀ ਸੀ, ਤਾਂ ਹੁਣ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਇਹ ਪੋਸਟ ਸਾਹਮਣੇ ਆਉਂਦੀ ਹੈ, ਜਿਹਦੇ ਵਿੱਚ ਉਸੇ ਵਾਅਦਾ ਮੁਆਫ਼ ਗਵਾਹ ਪ੍ਰਦੀਪ ਸਿੰਘ ਦੇ ਸੰਬੰਧੀ ਹੋ ਰਹੀ ਰਾਜਨੀਤੀ ਦੇ ਸੰਦਰਭ 'ਚ ਉਹਨਾਂ ਨੇ ਬੜੇ ਮਹੱਤਵਪੂਰਨ ਪ੍ਰਸ਼ਨ ਜਿਹੜੇ ਆ ਉਠਾਏ। ਰਾਤੀ ਜਿਹੜੀ ਅਸੀਂ ਗੱਲ ਸੁਖਵਿੰਦਰ ਜੀ ਕੀਤੀ ਕਿ ਸੁਖਰਾਜ ਸਿੰਘ ਹੋਣੀ ਅਤੇ ਉਹਨਾਂ ਦੀ ਟੀਮ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਪ੍ਰਦੀਪ ਸਿੰਘ ਵਾਅਦਾ ਮੁਆਫ਼ ਗਵਾਹ ਜਿਹੜਾ ਸੀ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਵੱਲੋਂ ਬਣਾਇਆ ਗਿਆ ਜਾਂ ਇਹੋ ਜਿਹੀਆਂ ਚਰਚਾਵਾਂ ਜਿਹੜੀਆਂ ਉਹ ਚੱਲਦੀਆਂ ਰਹੀਆਂ ਨੇ ਤੇ ਉਸ ਨੂੰ ਹਟਾਉਣ ਦੀ ਮੰਗ ਜਿਹੜੀ ਉਹ ਕਰ ਰਹੇ ਆ। ਦੂਸਰੇ ਪਾਸੇ ਜਦੋਂ ਇਹ ਅਸੀਂ ਸਾਰੀ ਕੇਸ ਦੀ ਜਿਹੜੀ ਜਾਂਚ ਕੀਤੀ ਔਰ ਜਿਸ ਤਰੀਕੇ ਨਾਲ ਇਹ ਪੋਸਟ ਆਉਂਦੀ ਹੈ ਸਾਹਮਣੇ ਸੁਖਵਿੰਦਰ ਜੀ, ਉਹਦੇ ਵਿੱਚ ਤਾਂ ਸਾਫ਼ ਤੌਰ ਤੇ ਸਪਸ਼ਟ ਹੀ ਰਾਤੀ ਕਰ ਦਿੱਤਾ ਸੀ ਕਿ ਪ੍ਰਦੀਪ ਸਿੰਘ ਵਾਅਦਾ ਮੁਆਫ਼ ਗਵਾਹ ਜਿਹੜਾ ਸੀ ਮਜਿਸਟਰੇਟ ਦੇ ਰਾਹੀਂ ਦਿੱਤੇ ਗਏ ਬਿਆਨਾਂ ਦੇ ਆਧਾਰ ਤੇ ਅਦਾਲਤ ਵਿੱਚ ਬਣਿਆ ਸੀ। ਔਰ ਖਾਸ ਤੌਰ ਤੇ ਇਹ ਗੱਲ ਆ ਕਿ ਜਿਹੜਾ ਵਾਅਦਾ ਮੁਆਫ਼ ਗਵਾਹ ਹੁੰਦਾ ਅਦਾਲਤ ਔਰ ਦੋਸ਼ੀ ਦੇ ਵਿਚਕਾਰ ਆਪਸੀ ਸਹਿਮਤੀ ਨਾਲ ਉਹ ਬਣਦਾ, ਉਸਨੂੰ ਕੋਈ ਵਿਅਕਤੀ ਬਣਾ ਨਹੀਂ ਸਕਦਾ। ਤਾਂ ਜਦੋਂ ਪ੍ਰਦੀਪ ਸਿੰਘ ਵਾਅਦਾ ਮੁਆਫ਼ ਗਵਾਹ ਬਣਦਾ ਆ ਉਸ ਤੋਂ ਮਗਰੋਂ ਉਹ ਬਿਆਨ ਦਿੰਦਾ ਔਰ ਉਹਨਾਂ ਬਿਆਨਾਂ ਦੇ ਆਧਾਰ ਦੇ ਉੱਤੇ ਜਿਹੜੇ ਆ ਨਾਮ ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੇ ਲਾਏ ਨੇ, ਜਿਹਨਾਂ ਵਿੱਚ ਉਮਰਾ ਡੰਗਲ ਦਾ ਨਾਂ ਹੈ, ਸੁਮੇਰ ਸਿੰਘ ਸੈਣੀ ਦਾ ਨਾਮ ਹੈ, ਚਰਨਜੀਤ ਸਿੰਘ ਸ਼ਰਮੇ ਦਾ ਨਾਂ ਹੈ, ਬਹੁਤ ਕੁਝ ਪ੍ਰਦੀਪ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਉਹ ਅਖਬਾਰ ਦੀਆਂ ਪੋਸਟਾਂ ਅਖਬਾਰਾਂ ਦੀਆਂ ਖਬਰਾਂ ਜਿਹੜੀਆਂ ਨੇ ਉਹ ਵੀ ਪੋਸਟ ਸਾਹਮਣੇ ਆਈਆਂ। ਤਾਂ ਫਿਰ ਉਸ ਵਕਤ ਰਾਤੀ ਦੇ ਪ੍ਰੋਗਰਾਮ 'ਚ ਅਸੀਂ ਇਹ ਵੀ ਗੱਲ ਕੀਤੀ ਕਿ ਸੁਖਰਾਜ ਸਿੰਘ ਹੁਣੀ ਜਿਹੜੀ ਇਹ ਗੱਲ ਕਹਿ ਰਹੇ ਆ ਕਿ ਉਸ ਵਾਅਦਾ ਮੁਆਫ਼ ਗਵਾਹ ਬਣਾਉਣ ਨੂੰ ਪ੍ਰਦੀਪ ਸਿੰਘ ਨੂੰ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਨਹੀਂ ਬਣਾਇਆ ਜਾਂ ਉਹਨਾਂ ਦਾ ਜੋਰ ਸੀ, ਇਹਦੇ ਸੰਬੰਧੀ ਹੀ ਇਹ ਗੱਲ ਕੀਤੀ ਕਿ ਅਦਾਲਤ ਨੇ ਜਦੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਤੇ ਸਰਕਾਰੀ ਵਕੀਲ ਨੂੰ ਇਸ ਸੰਬੰਧੀ ਪੁੱਛਿਆ ਤਾਂ ਇਹਨਾਂ ਨੇ ਇਹਦੇ ਉੱਤੇ ਸਹਿਮਤੀ ਜਿਤਾਈ ਕਿਉਂਕਿ ਵਾਅਦਾ ਮੁਆਫ਼ ਗਵਾਹ ਜਿਹੜਾ ਸੀ ਅਦਾਲਤ ਨੇ ਬਣਾਇਆ ਸੀ ਔਰ ਪ੍ਰਦੀਪ ਸਿੰਘ ਆਪਣੀ ਮਰਜ਼ੀ ਨਾਲ ਬਣਿਆ ਸੀ, ਪਹਿਲਾਂ ਹੀ ਬਣਾਇਆ ਸੀ, ਵਿਸ਼ੇਸ਼ ਬਿਆਨ ਜਿਹੜੇ ਉਹ ਦੇ ਚੁੱਕਾ ਸੀ। ਤਾਂ ਅਜਿਹੀ ਸਥਿਤੀ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਤਾਂ ਅਜਿਹੀ ਸਥਿਤੀ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਤੇ ਹੁਣ ਜਾ ਕੇ ਅਜਿਹੇ ਦੋਸ਼ ਲਾਉਣੇ ਸਾਫ਼ ਤੇ ਸਪਸ਼ਟ ਆ ਕਿ ਸੁਖਵਿੰਦਰ ਜੀ ਇਸ ਕੇਸ ਨੂੰ ਜਿਹੜਾ ਕਮਜ਼ੋਰ ਕੀਤਾ ਜਾ ਰਿਹਾ। ਹੁਣ ਜਿਸ ਤਰੀਕੇ ਨਾਲ ਇਸ ਪੋਸਟ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਨੇ ਇਹ ਗੱਲ ਰਾਜਨੀਤੀ ਦੀ ਗੱਲ ਕੀਤੀ ਔਰ ਸਰਕਾਰੀ SIT ਦੀ ਨਿਭਾਈ ਜਾ ਰਹੀ ਭੂਮਿਕਾ ਦੇ ਉੱਤੇ ਸਵਾਲ ਉਠਾਏ ਨੇ, ਸਿੱਧੂ ਸਾਹਿਬ ਉਹ ਆਪਣੇ ਆਪ ਦੇ ਵਿੱਚ ਬੜੇ ਮਹੱਤਵਪੂਰਨ ਨੇ ਔਰ ਜਿਸ ਤਰੀਕੇ ਨਾਲ ਉਹਨਾਂ ਨੇ ਰੇਸ਼ਮ ਸਿੰਘ ਵਾਲਾ ਦੀ ਗੱਲ ਕੀਤੀ ਸੀ ਬੀਤੀ ਰਾਤ ਜਦੋਂ ਸਰਕਾਰੀ ਗਵਾਹ ਬਣ ਗਏ ਉਦੋਂ ਉਹਨਾਂ ਨੇ ਇਤਰਾਜ਼ ਜਤਾਇਆ ਸੀ, ਇਹ ਵੀ ਗੱਲ ਦੱਸ ਰਹੇ ਸੀ।
जी बिल्कुल, रात के प्रोग्राम च असीं अपने दर्शकों को दस्सिया सी कि उस वक्त जदों प्रदीप सिंह नूं वाहदा माफक गवाह बनाया जा रहा सी तां उस समय रेशम सिंह जिहड़ा सुखराज सिंह दा चाचा आ उसने इस संबंधी इतराज जिहड़े उठाए सन और इत्थों तक उसने कहा सी कि सुखराज सिंह होणा दे खिलाफ जिहड़ा डेफामेशन दा केस जिहड़ा वो तैयार होना चाहिए और दूजे पासे प्रदीप सिंह नूं वाहदा माफक गवाह नहीं बनाउणा चाहिए। और उस समय स्थितियां यह सन कि सुखराज सिंह नहीं प्रदीप सिंह वाहदा माफक गवाह बनाने वास्ते पूर्ण तौर पर उत्सुक सन और इस गल उत्ते वो मान रहे सन। तो फिर अदालत ने रेशम सिंह होना भी उस अर्जी को पूर्ण तौर पर खारिज कर दिता और यह गल कहा कि किसी भी सूरत सुखराज सिंह होना पर डेफामेशन का केस सुखविंदर जी नहीं बनता। तो हम यह सारिया स्थितियां जिहड़ियां 3 सालों बाद बिल्कुल बदल गई ने इस दे पिछे है कौन। हुण कवर विजय प्रताप सिंह की इस पोस्ट की गल करिए तां सुखविंदर जी उन्होंने साफ तौर पर कहा कि इस सब के सरकारी SIT ते दूजे पासे सरकार दे जिहड़े रोल ने उही भूमिका जिहड़ी अहम जिहड़ी निभा रहे ने जिस नाल केस कमजोर हो रहा ते इंसाफ जिहड़ी अखीरली सत्रां ने ते इंसाफ जिहड़ा आ दूर जा रहा। ते कहिंदे मैनूं यकीन है कि जिहड़ा इंसाफ आ गुरु गोबिंद सिंह दी कचहरी दे विच मिलेगा। हुण सिद्धू साहब इस सब सत्रां दा जां इस पोस्ट दा सार मतलब यह है कि जिस तरीके की इस वेले राजनीति हो रही है क्योंकि बहबल कलां गोलीकांड का जिहड़ा राती भी असीं जिक्र कीता कि उसकी जांच जिहड़ी सी उसके संबंधी जिन्हें भी चलान जिहड़े पेश होने सन 90% चलान जिहड़े कवर विजय प्रताप सिंह होणा वल्लों पेश कर दित्ते गए सन ते जदों कि 10% जिहड़े चलान जिहड़े पेश होण वाले रहिंदे सन जिहड़े कुछ नाम हन तां उहनां नूं बचाउण दे खातर ही इस तरीके नाल लग रिहा कि जिवें इस केस नूं कमजोर करके SIT ने उन्होंने चलानों में पेश करने की बजाय इस केस का जो रुख आ सिद्धू साहब किसी होर पासे मोड़ दिता गया। हुण गल जिहड़ी आ वादा माफक गवाह के उत्ते आ गई जदों कि पंजाब के लोग जदों कि जांच करने वाले अधिकारी कवर विजय प्रताप ये चाहते हैं कि हाँ भाई जो कुछ जांच असी की थी, उस जांच के आधार पर यह ट्रायल जरा अगे होना चाहिए एक कोशिश जी जो केस है अगे वाल जाना चाहिए ना कि इस मुद्दे पर ही उलझ के इंसाफ में फिर दूर सुट दिता जाए क्योंकि हम 2 दसंबर को कल जाने की इस मुद्दे के उत्ते इस केस की जी सुनवाई जी होनी है। तो अजिंह स्थितियों के सुखविंदर जी अं रा भी गल इस प्रोग्राम अपने प्रोग्राम से की कि जिस तरीके सुखराज सिंह उन्होंने टीम वालों कोर्ट में कहा जा रहा कि हाँ भी इस फैसले इस मुद्दे तो अपना फैसला दे तो राती असी गल की कि जी क्रिमिनल कोर्ट है वह किसी भी किस्म के अपने फैसले को बदल नहीं सकती और रिव्यू जरा उसका नहीं कर सकती। पर इस तरीके की स्थितियां पैदा करके जिस तरीके सुखराज सिंह और उन्होंने टीम वालों इस मुद्दे को उभारिया जा रहा ये नाल असल जिहड़े दोषी ने सुखविंदर जी वो कुदरती तौर पर वह बच सकते हैं। हुण इहदे विच रात दे प्रोग्राम च वी असीं गल की कि यह भी शक हो सकता कि जेकर इस तरीके का केस कमजोर होगा तो इसका फायदा किन होगा सुमेर सिंह सैनी भी हो सकता परमराज उमरा नंगल भी हो सकता क्योंकि इस वे पर जिहड़े पंजाब के एडवोकेट जनरल ने वह किस समय उमरा नंगल के इसे कहना केसों के वकील रह चुके हैं। तो जेकर फिर केस कमजोर हों अजिंह स्थितियों के उसका फायदा जरा जे इस केस के कथित दोषी ने उन्होंने मिलता। तो 4/7/2022 अदालत ने बहबल कलां गोलीकांड के चलान या कह दी एक ट्रायल चलाने के भी हुक्म दे दिए क्योंकि जिवें तुसीं दस ही चुके हो कि कुंवर विजय प्रताप होर ने वह जिहड़ा हैगा चलान बहुत हद तक पेश कर दिए 90% तक जांच जिहड़ी उह पूरी कर दिती सी और 4/7/2022 अदालत ने कह दिता कि इत्थे ट्रायल भी चलाओ पर समझ नहीं लग रही कि ट्रायल चलाया क्यों नहीं जा रहा आखिर आखिर क्यों SIT पिछे नूं जा रही है अगे वधन की बजाय पिछे नूं क्यों जा रही है फिर दोबारा तो जांच जबकि 90% जांच जिहड़ी उह पूरी हो चुकी है और सिर्फ थोड़ी जी जांच रहिंदी सी उहनूं पूरी करके अगे चलाउणा सी कोर्ट ने कहता कि ट्रायल चलाओ नहीं चलाया जा रहा। उतले पासे जिहड़े ये रिव्यू करन लई कहा जा रहा कि प्रदीप नूं वादा माफ कर बनाओ हुण जिहड़ी अदालत ने क्रिमिनल कोर्ट ने अपने ही दित्ते आर्डर नूं रिव्यू कर ही नहीं सकदी अणखी साहब बिल्कुल अभी वो संबंधी सुप्रीम कोर्ट का भी हवाला दिता से कि यह केस के सुप्रीम कोर्ट की रूलिंग जी स्पष्ट हैगी है। हम सिद्धू साहब मैं जी गल करनी चाहवा वो जरूर गल वो ये है कि यह सब कुछ उदों वापरता है जिहड़े जिस तरीके दल्ला हम सामने आ रही प्रदीप सिंह के खिलाफ जिस तरीके सुखराज सिंह होना भी ये जी पटीशन आ जो भी जी मंग कर रहे हैं यह सुखविंदर जी उदों ही सामने आया जो मौजूदा सरकार से सुखराज सिंह होना के विचकार जो एक मोर्चा लैके समझौता होया उस तो बाद सुखराज सिंह होना वालों हरिमंदर साहब जाके भी अरदास जी वो की गई मुझे याद है जो तक तो उस तो बाद जी घटनावान ने सुखविंदर जी बड़ी तेजी में बदल दी हूँ उस तेजी का बदलने के बाद ही जो नवे जो एपीसोड है वह सामने आ रहा जिते सुखराज सिंह होना वालों यह गल की जा रही है दूजे पास कवर विजय प्रताप सिंह होना दिया यह जी पोस्टा आ रही ने तो यह सब कुछ उस
ਸਰਕਾਰ ਦੇ ਨਾਲ ਜਦੋਂ ਸਰਕਾਰ ਨੇ ਮੋਰਚੇ ਸੰਬੰਧੀ ਉਹਨਾਂ ਦੀਆਂ ਕੁਝ ਮੰਗਾਂ ਬਣੀਆਂ, ਜਦੋਂ ਨੈਸ਼ਨਲ ਹਾਈਵੇ ਦਾ ਇੱਕ ਪਾਸਾ ਜਿਹੜਾ ਸੀ ਉਹ ਡੱਕ ਦਿੱਤਾ ਗਿਆ ਸੀ, ਤਾਂ ਉਦੋਂ ਕਹਿਤਾ ਕਿ ਅਸੀਂ ਹਾਂਜੀ ਮੰਗਾਂ ਮੰਨ ਲਈਆਂ ਗਈਆਂ, ਮੋਰਚਾ ਸਫਲ ਹੋ ਗਿਆ। ਮੋਰਚਾ ਸਫਲ ਹੋਣ ਤੋਂ ਬਾਅਦ ਦਰਬਾਰ ਸਾਹਿਬ ਵਿਖੇ ਅਰਦਾਸ ਹੋਈ, ਤਾਂ ਉਸ ਤੋਂ ਬਾਅਦ ਕਪਿਲ ਵਿਜੇ ਪ੍ਰਤਾਪ ਸਿੰਘ ਹੋਣਾ ਨੇ ਵੀ ਕਿਹਾ ਸੀ ਕਿ ਇਹ ਇਨਸਾਫ ਅਧੂਰਾ ਹੈਗਾ, ਇਨਸਾਫ ਪੂਰਾ ਨਹੀਂ, ਤਾਂ ਉਹ ਤਾਂ ਅੱਜ ਵੀ ਆਪਣੇ ਉਸ ਪੁਆਇੰਟ ਤੇ ਖੜੇ ਨੇ। ਇਹ ਗੱਲ ਮੈਂ ਤਾਂ ਕਹਿ ਰਿਹਾ ਕਿ ਜਿਹੜੀ ਨਵੀਂ ਡਿਵੈਲਪਮੈਂਟ, ਆਹ ਜੋ ਡਿਵੈਲਪਮੈਂਟ ਜਿਹਦੇ ਸੰਬੰਧੀ ਕਪਿਲ ਵਿਜੇ ਪ੍ਰਤਾਪ ਸਿੰਘ ਹੁਣੀ ਕਹਿ ਰਹੇ ਆ, ਜਿਸ ਸੰਬੰਧੀ ਅਸੀਂ ਰਾਤ ਚਰਚਾਵਾਂ ਕੀਤੀਆਂ ਨੇ, ਇਹ ਸਾਰਾ ਕੁਝ ਸੁਖਵਿੰਦਰ ਸਿੰਘ ਉਸ ਤੋਂ ਮਗਰੋਂ ਹੋਇਆ। ਤਾਂ ਸਾਫ ਸੰਕੇਤ ਆ ਕਿ ਜਿਹੜੀ ਸਰਕਾਰੀ ਧਿਰ ਆ ਇਸ ਵੇਲੇ ਉਹ ਜਾਣ ਬੁੱਝ ਕੇ ਇਸ ਕੇਸ ਨੂੰ ਲੱਗ ਰਿਹਾ ਕਿ ਕਮਜ਼ੋਰ ਜਿਹੜਾ ਉਹ ਕਰ ਰਹੀ ਆ, ਇਸ ਦੇ ਪਿੱਛੇ ਕੀ ਕਾਰਨ ਹੋ ਸਕਦੇ ਆ, ਕੀ ਨਹੀਂ ਕਾਰਨ ਹੋ ਸਕਦੇ, ਇਹ ਤਾਂ ਇੱਕ ਜਾਂਚ ਦਾ ਵਿਸ਼ਾ। ਇਹ ਤੱਥ ਜਿਹੜੇ ਉਹ ਜ਼ਰੂਰ ਸਾਹਮਣੇ ਸੁਖਵਿੰਦਰ ਜੀ ਉਹ ਆ ਜਾਣਗੇ। ਪਰ ਜਿਸ ਤਰੀਕੇ ਨਾਲ ਕਪਿਲ ਵਿਜੇ ਪ੍ਰਤਾਪ ਸਿੰਘ ਦੀ ਇਹ ਪੋਸਟ ਸਾਹਮਣੇ ਆਈ ਆ, ਤਾਂ ਉਹਦੇ ਵਿੱਚ ਤਾਂ ਉਹਨਾਂ ਸਾਫ਼ ਤੌਰ ਤੇ ਜਿਹੜੀ ਸਰਕਾਰੀ ਐਸ ਆਈ ਟੀ ਤੇ ਰਾਜਨੀਤੀ ਦੇ ਸੰਦਰਭ 'ਚ ਬੜੇ ਗੰਭੀਰ ਪ੍ਰਸ਼ਨ ਜਿਹੜੇ ਉਹ ਉਠਾਏ ਨੇ, ਤੇ ਲੱਗ ਰਿਹਾ ਕਿ ਇਸ ਵੇਲੇ ਜੋ ਵੀ ਕੁਝ ਹੋ ਰਿਹਾ ਸੁਖਵਿੰਦਰ ਜੀ, ਕਥਾ ਤੌਰ ਤੇ ਇੱਕ ਆਪਸੀ ਮਿਲੀ ਭੁਗਤ ਦਾ ਸਰਕਾਰ ਦਾ, ਜਾਂ ਦੂਜੇ ਪਾਸੇ ਉਹਨਾਂ ਧਿਰਾਂ ਦਾ ਹੀ ਆਪਸੀ ਮਿਲੀ ਭੁਗਤ ਦਾ ਨਤੀਜਾ ਆ, ਜਿਹਦੇ ਨਾਲ ਹੋ ਸਕਦਾ ਕਿ ਕੁਝ ਇਸ ਤਰ੍ਹਾਂ ਦੇ ਹੋਣ ਕਿ ਹਾਂ ਭਈ ਕੁਝ ਵਿਅਕਤੀਆਂ ਨੂੰ ਬਚਾਉਣ ਦੀ ਸਾਜ਼ਿਸ਼ ਜਿਹੜੀ ਆ ਉਹ ਵੀ ਹੋ ਸਕਦੀ ਆ, ਕਿਉਂਕਿ ਜਦੋਂ ਹੁਣ ਕੇਸ ਆਪਣੇ ਅੰਤਮ ਛੋਹਾਂ ਤੇ ਆ, ਤਾਂ ਉਸ ਸਮੇਂ ਅਜਿਹੇ ਪ੍ਰਸ਼ਨ ਪੈਦਾ ਕਰਕੇ ਜਿਹਨਾਂ ਦਾ ਕੇਸ ਤਾਂ ਕਮਜ਼ੋਰ ਹੋਵੇ ਜਾਂ ਨਾ ਹੋਵੇ, ਪਰ ਇਨਸਾਫ਼ ਦੇ ਵਿੱਚ ਜਿਹੜੀ ਦੇਰੀ ਆ ਸੁਖਵਿੰਦਰ ਜੀ, ਉਹ ਤਾਂ ਆਪਣੇ ਆਪ ਹੀ ਸਾਹਮਣੇ ਜਿਹੜੀ ਉਹ ਆ ਜਾਣੀ ਆ। ਤੇ ਸ਼ਾਇਦ ਕਪਿਲ ਵਿਜੇ ਪ੍ਰਤਾਪ ਸਿੰਘ ਨੇ ਇਸੇ ਹੀ ਕਾਰਨ ਇਹ ਗੱਲ ਲਿਖੀ ਕਿ ਗੁਰੂ ਗੋਬਿੰਦ ਸਿੰਘ ਦੀ ਅਦਾਲਤ ਵਿੱਚ ਇਨਸਾਫ਼ ਹੋਵੇਗਾ। ਤਾਂ ਕੁਦਰਤੀ ਤੌਰ ਤੇ ਜੇਕਰ ਅਜਿਹੀਆਂ ਸਥਿਤੀਆਂ ਹੀ ਬਣਦੀਆਂ ਨੇ ਜਿਹੋ ਜਿਹੀਆਂ ਕਪਿਲ ਵਿਜੇ ਪ੍ਰਤਾਪ ਸਿੰਘ ਹੋਣਾ ਨੇ ਆਪਣੀ ਇਸ ਪੋਸਟ ਦੇ ਵਿੱਚ ਉਭਾਰੀਆਂ ਨੇ, ਤਾਂ ਸੁਖਵਿੰਦਰ ਜੀ ਫਿਰ ਤਾਂ ਇਹੀ ਲੱਗਦਾ ਕਿ ਇਨਸਾਫ਼ ਨਹੀਂ ਜੇ ਮਿਲਣਾ, ਜਿਸ ਦੇ ਸੰਬੰਧੀ ਕੁੰਵਰ ਸਾਹਿਬ ਵੀ ਬੜੀ ਵਾਰੀ ਕਹਿੰਦੇ ਆ, ਤੇ ਪੰਜਾਬ ਦੇ ਲੋਕ ਵੀ ਹੁਣ ਇਹ ਮਹਿਸੂਸ ਕਰਨ ਲੱਗ ਪਏ ਆ, ਕਿਉਂਕਿ ਇਸ ਮੁੱਦੇ ਤੇ ਤਿੰਨ ਸਰਕਾਰਾਂ ਬਣੀਆਂ ਤੇ ਤਿੰਨ ਸਰਕਾਰਾਂ ਸੁਖਵਿੰਦਰ ਜੀ ਚਲੀਆਂ ਗਈਆਂ। ਤੇ ਮੈਨੂੰ ਉਹ ਵੀ ਗੱਲ ਬੀਬੀ ਹਰਸਿਮਰਤ ਕੌਰ ਬਾਦਲ ਦੀ ਵੀ ਗੱਲ ਯਾਦ ਆ ਰਹੀ ਆ ਕਿ ਜਿਨ੍ਹਾਂ ਨੇ ਇਸ ਮੁੱਦੇ ਤੇ ਸਿਆਸਤ, ਜਿਨ੍ਹਾਂ ਨੇ ਉਹ ਬੇਅਦਬੀਆਂ ਜੋ ਕਰਵਾਈਆਂ, ਉਹਨਾਂ ਦਾ ਵੀ ਕੱਖ ਨਾ ਰਵੇ, ਤੇ ਜਿਨ੍ਹਾਂ ਨੇ ਇਸ ਮੁੱਦੇ ਤੇ ਸਿਆਸਤ ਕੀਤੀ ਉਹਨਾਂ ਦਾ ਵੀ ਕੱਖ ਨਾ ਰਵੇ। ਦੋ ਸਰਕਾਰਾਂ ਦਾ ਤਾਂ ਹਾਲ ਸੁਖਵਿੰਦਰ ਜੀ ਲੋਕ ਵੇਖ ਚੁੱਕੇ ਆ, ਹੁਣ ਇਸ ਤੀਜੀ ਸਰਕਾਰ ਦਾ ਵੀ ਵੇਖਣਾ ਪਏਗਾ ਕਿ ਅਰਦਾਸ ਹੁਣ ਇਸ ਸੰਬੰਧ 'ਚ ਕਬੂਲੀ ਜਾਂਦੀ ਆ ਕਿ ਨਹੀਂ ਕਬੂਲੀ ਜਾਂਦੀ, ਕਿਉਂਕਿ ਇਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ 24 ਘੰਟਿਆਂ 'ਚ ਅਸੀਂ ਇਨਸਾਫ਼ ਦੇਵਾਂਗੇ। ਔਰ ਥਾਂ ਥਾਂ ਤੇ ਕਪਿਲ ਵਿਜੇ ਪ੍ਰਤਾਪ ਸਿੰਘ ਨੂੰ ਐਜ ਏ ਪੋਸਟਰ ਬੁਆਏ ਬਣਾ ਕੇ ਇਹਨਾਂ ਨੇ ਵਰਤਿਆ, ਤਾਂ ਅਜਿਹੀਆਂ ਸਥਿਤੀਆਂ ਦੇ ਵਿੱਚ ਸੁਖਵਿੰਦਰ ਜੀ ਫਿਰ ਕਿਤੇ ਨਾ ਕਿਤੇ ਜਦੋਂ ਉਹ ਵੀ ਗੁਰੂ ਗੋਬਿੰਦ ਸਿੰਘ ਦੀ ਗੱਲ ਕਰ ਰਹੇ ਹੋਣ ਤੇ ਬੀਬੀ ਹਰਸਿਮਰਤ ਕੌਰ ਵਾਲੀ ਅਰਦਾਸ ਵਾਲੀ ਗੱਲ ਵੀ ਹੋ ਰਹੀ ਹੋਵੇ, ਤਾਂ ਫਿਰ ਸੁਖਵਿੰਦਰ ਜੀ ਫਿਰ ਸਹਿਜੇ ਅਨੁਮਾਨ ਲਾਇਆ ਜਾ ਸਕਦਾ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਫਿਰ ਜੋ ਕੁਝ ਇਹਨਾਂ ਦਾ ਹਸ਼ਰ ਹੋਣਾ ਜਾਂ ਪਿਛਲੀਆਂ ਸਰਕਾਰਾਂ ਦਾ ਜੋ ਹਸ਼ਰ ਹੋਇਆ, ਤਾਂ ਫਿਰ ਇਹਨਾਂ ਦਾ ਹਸ਼ਰ ਫਿਰ ਉਹੀ ਹੋਏਗਾ ਜੇਕਰ ਸਥਿਤੀਆਂ ਇਹੋ ਹੀ ਰਹੀਆਂ। ਬਾਕੀ ਗੱਲ ਮੈਂ ਆਪਣੀ ਇੱਥੇ ਖਤਮ ਕਰੂੰਗਾ ਕਿ ਜੋ ਕੁਝ ਹੋ ਰਿਹਾ ਇਸ ਵੇਲੇ ਇਹ ਜਾਣ ਬੁੱਝ ਕੇ ਹੀ ਕੇਸ ਨੂੰ ਕਮਜ਼ੋਰ ਕਰਨ ਦਾ ਲੱਗ ਰਿਹਾ ਕਿ ਇੱਕ ਸਾਜ਼ਿਸ਼ ਆ ਜਿਹਦੇ ਕਰਕੇ ਕੁਝ ਦੋਸ਼ੀਆਂ ਨੂੰ ਬਚਾਇਆ ਜਾ ਸਕੇ। ਬਾਕੀ ਹੁਣ ਕੱਲ ਵੇਖਣਾ ਹੋਵੇ ਕਿ ਕੱਲ ਇਸ ਮੁੱਦੇ ਤੇ ਅਦਾਲਤ ਆਪਣਾ ਫੈਸਲਾ ਕੀ ਦਿੰਦੀ। ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਲੱਗੇ ਹੋਏ ਆ, ਔਰ ਗੁਰੂ ਗੋਬਿੰਦ ਸਿੰਘ ਜੀ ਤੇ ਵੀ ਆਸ ਰੱਖੀ ਹੋਈ ਆ, ਔਰ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਹਰ ਤਰੀਕੇ ਦਾ ਜਿਹੜਾ ਤਸ਼ੱਦਦ ਸਹਿਣ ਲਈ ਤਿਆਰ ਆ, ਉਹ ਕੀ ਉਹਨਾਂ ਨੂੰ ਲੱਗਦਾ ਉਹ ਜ਼ਿਆਦਾਤਰ ਕੁੰਵਰ ਵਿਜੇ ਪ੍ਰਤਾਪ ਹੀ ਜਿਹੜੇ ਉਹ ਜਾਣ ਸਕਦੇ ਆ ਜਾਂ ਦੱਸ ਸਕਦੇ ਆ। ਚਲੋ ਅਗਲੀ ਖਬਰ ਅਟਕੀ ਸਾਹਿਬ ਆਪਾਂ ਲੈ ਲੈਂਦੇ ਹਾਂ। ਰਾਜਜੀਤ ਦੀ ਜ਼ਮਾਨਤ ਸੰਬੰਧੀ ਸੁਣਵਾਈ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਹੋਈ ਸੀ, ਸੁਪਰੀਮ ਕੋਰਟ ਨੇ ਕਿਹਾ ਕਿ ਪੰਜਾਬ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਭਾਰੀ ਸਮੱਸਿਆ ਤੇ ਪੰਜਾਬ ਪੁਲਿਸ ਦੇ ਅਧਿਕਾਰੀ ਜਿਹੜੇ ਆ ਨਸ਼ੀਲੇ ਪਦਾਰਥਾਂ ਦੀ ਜਾਂਚ ਦੇ ਵਿੱਚ ਸ਼ਾਮਿਲ ਪਾਏ ਗਏ ਆ, ਇਸ ਕਰਕੇ ਉਹਨਾਂ ਨੇ ਇਹ ਖਾਰਜ ਕਰ ਦਿੱਤੀ। ਇਹ ਖਾਰਜ ਤਾਂ ਕਰ ਦਿੱਤੀ, ਪਰ ਉਸ ਤੋਂ ਬਾਅਦ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਸਰਦਾਰ ਨਿਰੰਜਨ ਸਿੰਘ ਹੋਰਾਂ ਦੇ ਵੱਲੋਂ ਇੱਕ ਪੋਸਟ ਪਾ ਦਿੱਤੀ ਜਾਂਦੀ ਹੈ, ਜਿਹਦੇ ਪੋਸਟ ਦੇ ਵਿੱਚ ਨਿਰੰਜਨ ਸਿੰਘ ਹੋਰਾਂ ਦੇ ਵੱਲੋਂ ਜਿੱਥੇ ਇਸ ਜ਼ਮਾਨਤ ਖਾਰਜ ਬਾਰੇ ਜਾਣਕਾਰੀ ਦਿੱਤੀ ਗਈ, ਉੱਥੇ ਬਹੁਤ ਵੱਡਾ ਖੁਲਾਸਾ ਕੀਤਾ ਗਿਆ। ਕਹਿੰਦੇ ਕਿ ਮੈਂ ਇਸ ਮਸਲੇ ਦੀ ਜਾਂਚ ਕਰ ਰਿਹਾ ਸੀ, ਮੇਰੇ ਤੋਂ ਫਾਈਲ ਵਾਪਸ ਲੈ ਲਈ ਗਈ, ਔਰ ਉਸ ਤੋਂ ਬਾਅਦ ਈਡੀ ਨੇ ਮੇਰੇ ਤੋਂ ਫਾਈਲ ਵਾਪਸ ਲੈ ਕੇ ਦਿੱਲੀ ਭੇਜ ਕੇ ਇਹਦੇ ਵਿੱਚ ਕਾਰਵਾਈ ਕੋਈ ਨਹੀਂ ਕੀਤੀ। ਕਿਵੇਂ ਦੇਖਦੇ ਇਸ ਪੂਰੀ ਚੀਜ਼ ਨੂੰ? ਬੜੀਆਂ ਚੀਜ਼ਾਂ ਉਹਨਾਂ ਨੇ ਦੱਸੀਆਂ ਕਿ ਕਿਵੇਂ ਵੱਡੇ ਅਧਿਕਾਰੀਆਂ ਦੀ ਸ਼ਰਨ ਦੇ ਵਿੱਚ ਬੈਠਾ ਹੈ ਰਾਜਜੀਤ, ਗ੍ਰਿਫਤਾਰੀ ਨਹੀਂ ਹੋ ਰਹੀ। ਕਿਵੇਂ ਦੇਖਦੇ ਇਸ ਪੂਰੀ ਚੀਜ਼ ਨੂੰ? ਸੁਖਵਿੰਦਰ ਜੀ, ਰਾਜਜੀਤ ਦੇ ਸੰਬੰਧ ਦੇ ਵਿੱਚ ਜਿਸ ਤਰੀਕੇ ਦੀ ਇਹ ਖਬਰ ਆਈ ਹੈ ਸੁਪਰੀਮ ਕੋਰਟ ਵੱਲੋਂ, ਉਸ ਨੂੰ ਕੋਈ ਰਾਹਤ ਜਿਹੜੀ ਨਹੀਂ ਦਿੱਤੀ ਗਈ। ਔਰ ਦੂਜੇ ਪਾਸੇ ਸੁਪਰੀਮ ਕੋਰਟ ਨੇ ਜਿਸ ਮੁੱਦੇ ਤੇ ਪੰਜਾਬ ਪੁਲਿਸ ਨੂੰ ਘੇਰਿਆ ਸੁਖਵਿੰਦਰ ਜੀ, ਉਹ ਬੜੇ ਹੈਰਾਨੀਜਨਕ ਟਿੱਪਣੀਆਂ ਨੇ। ਔਰ ਪੰਜਾਬ ਪੁਲਿਸ ਦੇ ਅੰਦਰਲੇ ਵਰਤਾਰੇ ਨੂੰ ਉਹ ਬਿਲਕੁਲ ਸਾਫ਼ ਤੇ ਸਾਹਮਣੇ ਲਿਆ ਕੇ ਸੁਪਰੀਮ ਕੋਰਟ ਦੀ ਜਿਹੜੀ ਬਿਆਨ ਨੇ, ਉਹ ਟਿੱਪਣੀ ਜਿਹੜੀ ਹੈ ਉਹ ਸਾਹਮਣੇ ਕਰ ਦਿੰਦੀ ਕਿ ਪੰਜਾਬ ਪੁਲਿਸ ਦੇ ਅੰਦਰ ਚੱਲ ਕੀ ਗਿਆ। ਸੁਪਰੀਮ ਕੋਰਟ ਗੱਲ ਇਹ ਕਹਿੰਦੀ ਹੈ ਕਿ ਇਹ ਪਤਾ ਲੱਗਾ ਕਿ ਜਦੋਂ ਪੰਜਾਬ ਪੁਲਿਸ ਨਸ਼ੇ ਦੇ ਤਸਕਰਾਂ ਨਾਲ ਦੀ ਜਾਂਚ ਕਰਦੀ ਤੇ ਆਪ ਹੀ ਉਹਨਾਂ ਨਾਲ ਸੁਖਵਿੰਦਰ ਜੀ ਰਲ ਜਾਂਦੀ ਹੈ, ਤੇ ਇਹੋ ਹੀ ਕਾਰਨ ਆ ਕਿ ਅਜੇ ਤੱਕ ਰਾਜਜੀਤ ਸਿੰਘ ਵਰਗਾ ਬੰਦਾ ਜਿਹਦੇ ਉੱਤੇ ਇੰਨਾ ਕੁਝ ਦਬਾਅ ਇੰਨੇ ਦੋਸ਼
अजे तक पुलिस की गिरफ्त में नहीं आया, पता नहीं उसको कौन बचा रहा। हम सुखविंदर जी अगर देखा जाए तो तुम्हें याद होगा कि जो राजी संबंधी एक गल आई तो साडे पंजाब के मुख्यमंत्री भगवंत मान होना ने पहले ही ऐलान करता, तो जो ऐलान करता वह बंदा उदों का ही अंडरग्राउंड आ, अजे तक वो लंबा ही नहीं कितने या कितने नहीं। तो जेकर पंजाब के मुख्यमंत्री उस वक्त ऐलान ना करते तो शायद सुखविंदर जी वह बंदा इस वे पुलिस की गिरफ्त में होता। चलो वह भी गल छोड़ो, हुण तुसीं इह देखो इह हिसाब ला लो कि वह किड्डा पावरफुल बंदा होवेगा कि जिहड़ा अजे तक पुलिस के हाथ नहीं आया, जां असीं इस तरीके नाल कह लो कि उस बंदे दीआं जड़ां पुलिस विभाग विच इन्नियां डूंघियां होणगीआं कि वह जो भी उसके खिलाफ कोई कार्रवाई होंदा। जो थोड़ी जी राहत मिल गई थी कोर्ट वालों जांच के बाद शामिल हो गया, हुण जमानत अर्जी भी कैंसल कर दी गई है। और बिल्कुल तुहाडी गल ठीक है, नरेंद्र सिंह होरां ने भी यही गल कही है और उन्होंने कहा कि 2018 के मनी लॉन्ड्रिंग की केस की जांच कर रहा सी, खिलाफ दाकतवा रहना है कि उन्हां तों दिल्लियों केस वापस ले लिया गया, नरेंद्र सिंह होरां तों फाइल ले ली गई है, फाइल लैके दिल्ली भेज दी जाती है 2018 के, और उस तो बाद ईडी ने अज तक कुछ किया नहीं। तुसीं आप हिसाब ला लो जिहड़े वड्डे वड्डे अफसर वड्डे वड्डे जिहड़े लीडर ईडी तो कंबदे है, ते ओह ईडी एक तरीके नाल बचा रही है, किवें देखदे इस पूरी चीज़ नूं? सुखविंदर जी मैं उही ही लगा सा गल करन कि नरिंदर सिंह होणां ने जिहड़ी पोस्ट दे विच सवाल उठाए ने जिस तरीके नाल 2018 दी ओह गल करदे है कि 2018 दे विच ओह इस पुलिस अधिकारी दे खिलाफ मनी लॉन्ड्रिंग दी जिहड़ी जांच ओह कर रही सी, ते कहिंदे अजे जांच पूरी नहीं सी हुई ते उहनां जिहड़ी आ उन्हों को वापस ले गई तो दिल्ली के हैडक्वाटर फाइल जी पहुँच गई। तो 2018 तो लैके हूँ 2023 चल रहा, कहते अजे तक उस फाइल के उत्ते कोई भी कार्रवाई नहीं हुई, तो लग रहा है कि वह फाइल है नहीं कितने। हूँ तुम नरिंदर सिंह होना की यह टिप्पणी अपने आप के उस वर्तारे पेश करती है कि जिथे योजे बंद जड़ा पंजाब पुलिस हो, चाहे वह ईडी हो, चाहे वह सीबीआई हो, चाहे एनआईए हो, कोई भी संस्था हो, इन्हां व्यक्तियों की जड़ा कितने कितनी डूंगी हैं, कि मजबूत हैं। सुखविंदर जी चाहे ईडी की गल कर लो, ईडी बेशक तुसीं कहिंदे कि मंत्री कंबदे, आम व्यक्ति कंबदा, सारे कंबदे ने, पर है तो वह भी बंदे है, तो ईडी डिपार्टमेंट भी बंदे तो वह भी पुलिस से ही गए हो, अजिही स्थिति के राजी के संबंध जिथे पंजाब पुलिस के डूंगे डूंगे तो उत्थे ईडी के भी उसदियां जेकर जड़ा इतों तक डूंगियां ने कि वह अपनी फाइल दिल्ली विखे ट्रांसफर करवा सकते, तो फिर सहजे अनुमान लग सकता कि पंजाब के अंदर नशे का कारोबार करने वाले पुलिस अफसर का कितों तक असं कह सकते हैं कि भूमिका है, कितों तक उन्होंने जड़ा। हूँ यह सब कुछ राजी के भी सामने आया, बाकी सुखविंदर जी ये आया जिस तरीके का आम इस वे पंजाब नशा का छेवा दरिया कहते हैं बढ़ता, तो अजिही स्थिति के आपे हिसाब ला लो कि भगवंत मान वालों की गई सैकल रैलियां जां चुकियां गई सोहां के नाल की पंजाब च नशे का कारोबार हो सकता, क्योंकि जेकर वाड़ ही खेत को खाण लगे, जेकर उह ही लोग इस सब कासे विच इनवॉल्व पाए जाण जिन्हां दी रोकण दी जिम्मेवारी प्रमुख तौर ते होवे, पर दूजे पासे उह आप ही नशा तस्करां नाल मिलके अजिहियां कारवाइयां, उह राजजीत होवे चाहे उह इंदरजीत होवे कोई भी होवे, तां कि इस संदर्भ च फिर नशा कदे रुक सकदा? इह तां रोकण वास्ते फिर इहो ही आ कि फिर पूर्ण तौर पर एक बार पंजाब पुलिस की स्क्रीनिंग जी कही रही है, फिर उस तो मगरों ही कोई ना कोई सिटा पहुंचा जा सकता। पर जिस तरीके नरिंदर सिंह होना ने राजी के संबंधी एक खुलासे किए हैं कि वह व्यक्ति फाइल मंगा के दिल्ली में वो फाइल चली गई, तो उस तो बाद उस केस की अजे तक कोई पता ही नहीं लगा, सहजे अनुमान लाया जा सकता कि योजे व्यक्ति होर पंजाब पुलिस केहोजे ने और योजे लोगों दिनिया जड़ा डूगिया हो जड़िया अपने खिलाफ ज की जा रही जांचों भी प्रभावित कर सकते की गई कार्रवाई में भी रोक सकते हैं, पर अजे तक राजी पुलिस के हाथ नहीं जे आया। इस तो वड्डी पंजाब हुण पंजाब पुलिस ना कहां हुण पंजाब सरकार कहांगा कि इस तो वड्डी पंजाब सरकार की होने लायक की हो सकती है, इसका हुण जिम्मेवार कौन आ, और पंजाब के लोग सहजे अनुमान ला सकते। चलो अगली खबर आप लेने अणखी साहब, ये तो बहुत वड्डे सवाल है, उधर केजरीवाल की मुहिम जी, मैं भी केजरीवाल हाँ की शुरू होने जा रही है, कहते कि जे गिरफ्तार करवा लिया जाता उन्होंने केजरीवाल नू, और उस तो बाद केजरीवाल नू जेल दे विचों सरकार चलाउणी चाहीदी है जां नहीं चलाउणी चाहीदी, ये जिहड़े सर्वे अज करवाया जाणा दिल्ली दे विच लोकां दे कोलों, कहिंदे अज तो, और कहिंदे सर्वे तो बाद फिर फैसला लिया जाऊगा, हाले गिरफ्तारी हुई नहीं है, पहला ही चल पिया ये काम। और दूजे पासे अणकी साहब सुप्रीम कोर्ट दे विच एक मसला चल रहा तमिलनाडु दे एक मंत्री दे नाल जुड़िया होया,
ਚੱਲ ਰਿਹਾ ਕਿ ਭਾਈ ਜੇਲ੍ਹ ਦੇ ਵਿੱਚ ਬੈਠਾ ਉਹ ਮੰਤਰੀ ਕਿਉਂ ਬਣਿਆ ਹੋਇਆ, ਔਰ ਸੁਪਰੀਮ ਕੋਰਟ ਨੇ ਤੇ ਜੇ ਮੰਤਰੀ ਦੇ ਖਿਲਾਫ ਕੋਈ ਦੇਤਾ ਜਿਹੜਾ ਜੇ ਆਪਾਂ ਕਹੀਏ ਫੈਸਲਾ, ਤਾਂ ਫਿਰ ਅਰਵਿੰਦ ਕੇਜਰੀਵਾਲ ਦੀ ਇਹ ਜਿਹੜੀ ਹੈ ਇਹ ਡਰਾਮੇਬਾਜ਼ੀ ਵਾਲੀ ਜਿਹੜੀ ਸਿਸਟਮ ਜਿਹਾ ਸ਼ੁਰੂ ਕੀਤਾ, ਇਹ ਤਾਂ ਮੈਨੂੰ ਲੱਗਦਾ ਫਿਰ ਫੇਲ ਹੀ ਹੋ ਜਾਣਾ ਹੈ। ਅਣਖ ਸਾਹਿਬ, ਜੇ ਕੋਈ ਅਫਸਰ ਜੇਲ੍ਹ ਜਾਂਦਾ, ਜੇ ਉਹਨੂੰ ਬਰਖਾਸਤ ਕੀਤਾ ਜਾਂਦਾ ਹੈ, ਤਾਂ ਫਿਰ ਮੰਤਰੀ ਨੂੰ ਕਿਉਂ ਨਾ ਕੀਤਾ ਜਾਵੇ, ਮੁੱਖ ਮੰਤਰੀ ਨੂੰ ਕਿਉਂ ਨਾ ਕੀਤਾ ਜਾਵੇ। ਹਾਲਾਂਕਿ ਦੋਸ਼ੀ ਹੈ ਜਾਂ ਨਹੀਂ ਉਹ ਅਦਾਲਤ ਨੇ ਇਹ ਤੈਅ ਕਰਨਾ ਹੈ, ਪਰ ਜੇ ਕੋਈ ਅਫਸਰ ਸਰਕਾਰੀ ਨੌਕਰ ਜਾਂਦਾ ਹੈ ਜੇਲ੍ਹ ਦੇ ਵਿੱਚ, ਉਹਨੂੰ ਤੁਰੰਤ ਬਰਖਾਸਤ ਕਰ ਦਿੱਤਾ ਜਾਂਦਾ, ਤੇ ਇਹ ਲੀਡਰਾਂ ਲਈ ਕਾਨੂੰਨ ਵੱਖਰੇ ਕਿਉਂ? ਸੁਖਵਿੰਦਰ ਜੀ, ਆਮ ਆਦਮੀ ਪਾਰਟੀ ਵੱਲੋਂ ਅੱਜ ਦਿੱਲੀ 'ਚ ਇੱਕ ਮੁਹਿੰਮ ਜਿਹੜੀ ਆ ਉਹ ਸ਼ੁਰੂ ਕੀਤੀ ਜਾ ਰਹੀ ਆ, ਮੈਂ ਵੀ ਕੇਸ ਦੀ ਪਾਲ ਹਾਂ। ਤੁਹਾਨੂੰ ਯਾਦ ਹੋਵੇਗਾ ਕਿ ਇਹ ਇਦਾਂ ਦੀ ਇੱਕ ਆ ਉਸ ਵਕਤ ਪੰਜਾਬ 'ਚ ਸ਼ੁਰੂ ਹੋਈ ਸੀ ਜਦੋਂ ਇੱਕ ਨੇ ਕੋਰੋਨਾ ਕਾਲ 'ਚ ਜਦੋਂ ਇੱਕ ਨਿਹੰਗ ਸਿੰਘ ਨੇ ਇੱਕ ਪੁਲਿਸ ਵਾਲੇ ਦਾ ਹੱਥ ਜਿਹੜਾ ਵੱਢ ਦਿੱਤਾ ਸੀ, ਤਾਂ ਉਦੋਂ ਸਾਰੇ ਪੁਲਿਸ ਵਾਲਿਆਂ ਨੇ ਇੱਕ ਦਿਨ ਵਾਸਤੇ ਆਪਣੇ ਆਪ ਨੂੰ ਇਹੋ ਜਿਹਾ ਸਲੋਗਨ ਕੋਈ ਦਿੱਤਾ ਸੀ ਚਿੱਟ ਕਮੀਜ਼ ਯਾਦ। ਉਹ ਤਾਂ ਉਸਦੀ ਬਹਾਦਰੀ ਦਾ ਪ੍ਰਤੀਕ ਸੀ ਕਿ ਹਾਂ ਉਹ ਬੰਦੇ ਨੇ ਬਹਾਦਰੀ ਨਾਲ ਕੰਮ ਕੀਤਾ ਤੇ ਪੁਲਿਸ ਨੇ ਉਸਦੀ ਬਹਾਦਰੀ ਨੂੰ ਸਮਰਪਣ ਕਰਕੇ ਇੱਕ ਦਿਨ ਵਾਸਤੇ ਇਹ ਲੋਗੋ ਜਿਹੜਾ ਉਹ ਲਿਖਿਆ। ਹੁਣ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਜਦੋਂ ਆਮ ਆਦਮੀ ਪਾਰਟੀ ਦੀ ਇਸ ਸਥਿਤੀ ਨੂੰ ਵੇਖਦਾ ਤੇ ਜੇਕਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਸੰਬੰਧੀ ਇੰਨੇ ਉਹ ਸਾਫ਼ ਤੇ ਸਪਸ਼ਟ ਆਪਣਾ ਹਮੇਸ਼ਾ ਉਹ ਦਾਅਵਾ ਕਰਦੇ ਨੇ ਕਿ ਅਸੀਂ ਪੂਰਨ ਤੌਰ ਤੇ ਇਮਾਨਦਾਰ ਹਾਂ, ਮੇਰੇ ਵਰਗਾ ਇਮਾਨਦਾਰ ਭਾਰਤ ਵਿੱਚ ਕੋਈ ਦੂਜਾ ਬੰਦਾ ਨਹੀਂ, ਆਮ ਆਦਮੀ ਪਾਰਟੀ ਦੀ ਵਰਗੀ ਕੋਈ ਇਮਾਨਦਾਰ ਪਾਰਟੀ ਨਹੀਂ, ਤਾਂ ਫਿਰ ਸੁਖਵਿੰਦਰ ਜੀ ਇਸ ਮੁਹਿੰਮ ਨੂੰ ਸ਼ੁਰੂ ਕਰਨ ਦਾ ਕੋਈ ਮਤਲਬ ਹੀ ਨਹੀਂ ਸੀ। ਜਦੋਂ ਕਿ ਸੂਤਰ ਇਹ ਦੱਸਦੇ ਨੇ ਕਿ ਈਡੀ ਦਾ ਜਿਹੜਾ ਸਕੰਜਾ ਆ ਹੌਲੀ ਹੌਲੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਕੱਸਿਆ ਜਾ ਰਿਹਾ ਔਰ ਈਡੀ ਕੋਲ ਪੁਖਤਾ ਪ੍ਰੂਫ ਨਹੀਂ, ਤੇ ਈਡੀ ਕਿਸੇ ਸਮੇਂ ਵੀ ਉਹਨਾਂ ਨੂੰ ਸੱਦ ਸਕਦੀ ਹੈ ਜਾਂ ਉਹਨਾਂ ਨੂੰ ਗ੍ਰਿਫਤਾਰ ਕਰ ਸਕਦੀ ਹੈ, ਜੋ ਜਾਣਕਾਰੀ ਮੇਰੇ ਤੱਕ ਪਹੁੰਚੀ ਹੈ। ਔਰ ਸੁਖਵਿੰਦਰ ਜੀ ਇਹ ਆ ਜਿਹੜਾ ਡਰ ਆ ਸ਼ਾਇਦ ਹੁਣ ਅਰਵਿੰਦ ਕੇਜਰੀਵਾਲ ਨੂੰ ਵੀ ਸਤਾਉਣ ਲੱਗ ਪਿਆ ਔਰ ਉਹਨਾਂ ਨੂੰ ਵੀ ਪਤਾ ਕਿ ਨੇੜ ਦੇ ਭਵਿੱਖ ਦੇ ਵਿੱਚ ਉਹਨਾਂ ਦੇ ਖਿਲਾਫ ਈਡੀ ਕੁਝ ਅਜਿਹੀ ਕਾਰਵਾਈ ਕਰ ਸਕਦੀ ਹੈ। ਤਾਂ ਅਜਿਹੀ ਸਥਿਤੀ ਦੇ ਵਿੱਚ ਲੋਕਾਂ ਦੇ ਅੰਦਰ ਜਾਂ ਲੋਕਾਂ ਨੂੰ ਆਪਣੇ ਨਾਲ ਲੈਣ ਦੇ ਮਨੋਰਥ ਨਾਲ ਇੱਕ ਫਾਰਮ ਉਹਨਾਂ ਨੇ ਛਪਾਇਆ ਜਿਹੜਾ ਦਿੱਲੀ ਦੇ 250 ਬੂਥਾਂ ਦੇ ਜਿਹੜੇ ਪੋਲਿੰਗ ਬੂਥ ਨੇ ਉਹਨਾਂ ਦੇ ਅਦਾਰਿਆਂ ਵਿੱਚ ਉਹ ਵੱਡੇ ਜਾਣੇ ਆ, ਤੇ ਉਹਨੂੰ ਸਾਈਨ ਕਰਵਾ ਕੇ ਇੱਕ ਕਹਿ ਸਕਦੇ ਕਿ ਇੱਕ ਰਿਕਾਰਡ ਜਿਹੜਾ ਉਹ ਤਿਆਰ ਕੀਤਾ ਜਾਊਗਾ, ਫਿਰ ਉਹ ਪਤਾ ਨਹੀਂ ਕਿਹਨੂੰ ਦਿੰਦੇ ਜਾਂ ਕਿਹਨੂੰ ਨਹੀਂ ਦਿੰਦੇ। ਜਿਸ ਤਰੀਕੇ ਨਾਲ ਇੱਥੇ ਵੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ SGPC ਨੇ ਸਾਈਨ ਦਸਖਤ ਮੁਹਿੰਮ ਚਲਾਈ ਆ, ਉਹੋ ਜਿਹਾ ਇਹ ਫਾਰਮੈਟ ਜਿਹੜਾ ਮੈਨੂੰ ਲੱਗ ਰਿਹਾ। ਹੁਣ ਜੇਕਰ ਪ੍ਰਸ਼ਨ ਇੱਥੇ ਇਹ ਬਣਦਾ ਕਿ ਜੇਕਰ ਤੁਸੀਂ ਕੁਝ ਕੀਤਾ ਨਹੀਂ, ਜੇਕਰ ਕਿਸੇ ਵੀ ਕਿਸਮ ਦਾ ਕੋਈ ਘਪਲਾ ਨਹੀਂ ਹੋਇਆ, ਚਾਹੇ ਸ਼ਰਾਬ ਦਾ ਘੁਟਾਲਾ ਚਾਹੇ ਕੋਈ ਹੋਰ ਘੁਟਾਲੇ ਜਿਹੜੇ ਨੇ, ਜਿਸ ਤਰ੍ਹਾਂ ਸੀਵਰੇਜ ਬੋਰਡ ਦਾ ਗੱਲ ਆ, ਇਸੇ ਜਲ ਵਿਭਾਗ ਦੇ ਸੰਬੰਧੀ ਵੀ ਭਾਜਪਾ ਨੇ ਦੋਸ਼ ਲਾਇਆ ਸੀ, ਤਾਂ ਜੇਕਰ ਫਿਰ ਕੁਝ ਵੀ ਨਹੀਂ ਤਾਂ ਫਿਰ ਡਰਨ ਦੀ ਕੀ ਲੋੜ ਆ, ਫਿਰ ਸੁੱਖ ਤੁਹਾਨੂੰ ਮਜ਼ਬੂਤੀ ਦੇ ਨਾਲ ਇਸ ਦਾ ਮੁਕਾਬਲਾ ਜਿਹੜਾ ਕਰਨਾ ਚਾਹੀਦਾ। ਪਰ ਸ਼ਾਇਦ ਅੰਦਰਲਾ ਡਰ ਸੁਖਵਿੰਦਰ ਜੀ ਸਤਾ ਰਿਹਾ, ਜਿਸ ਕਰਕੇ ਆਮ ਆਦਮੀ ਪਾਰਟੀ ਵੱਲੋਂ ਆਹ ਜਿਹੜੀ ਮੁਹਿੰਮ ਸ਼ੁਰੂ ਕੀਤੀ ਗਈ ਆ ਕਿ ਠੀਕ ਆ ਕੇਜਰੀਵਾਲ ਸਾਹਿਬ ਅੰਦਰ ਵੀ ਚਲੇ ਜਾਂਦੇ ਆ, ਪਰ ਅੰਦਰੋਂ ਹੀ ਉਹ ਮੁੱਖ ਮੰਤਰੀ ਦੇ ਤੌਰ ਤੇ ਕੰਮ ਕਰਦੇ ਰਹਿਣਗੇ, ਕਿਉਂਕਿ ਜਦ ਤੱਕ ਜੇ ਮੈਂ ਤਾਂ ਉਹਨਾਂ ਕੋਲ ਕੋਈ ਮਹਿਕਮਾ ਹੈ ਨਹੀਂ, ਪਰ ਮੁੱਖ ਮੰਤਰੀ ਉਹ ਜ਼ਰੂਰ। ਹੁਣ ਦੂਜੇ ਪਾਸੇ ਸੁਖਵਿੰਦਰ ਜੀ, ਬੜੀ ਜਿਹੜੀ ਸਥਿਤੀ ਤੁਸੀਂ ਬਿਆਨ ਕੀਤੀ, ਇੱਕ ਸਥਿਤੀ ਦਾ ਉਦਾਹਰਣ ਜਿਹੜੀ ਦਿੱਤੀ ਆ ਕਿ ਇੱਕ ਪਟੀਸ਼ਨ ਵੀ ਇਸ ਵੇਲੇ ਸੁਪਰੀਮ ਕੋਰਟ 'ਚ ਚੱਲ ਰਹੀ ਆ ਕਿ ਤਾਮਿਲਨਾਡੂ ਦਾ ਇੱਕ ਮੰਤਰੀ ਆ ਜਿਹੜਾ ਉਹ ਜੇਲ੍ਹ 'ਚ ਬੈਠਾ ਸੀ, ਤੇ ਉਹਦੇ ਸੰਬੰਧੀ ਮਦਰਾਸ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾ ਕੇ ਇਹ ਗੱਲ ਕੀਤੀ ਗਈ ਕਿ ਜਿਹੜਾ ਮੰਤਰੀ ਜਿਹੜਾ ਜੇਲ੍ਹ 'ਚ ਬੰਦਾ ਬੈਠਾ ਆ ਉਹ ਮੰਤਰੀ ਕਿਵੇਂ ਰਹਿ ਸਕਦਾ, ਕਿਉਂਕਿ ਜੇਕਰ ਸਰਕਾਰੀ ਮੁਲਾਜ਼ਮ ਫੜਿਆ ਜਾਂਦਾ ਤਾਂ ਉਸਨੂੰ ਸੁਪਰੀਮ ਕੋਰਟ ਦੇ ਵਿੱਚ ਪਾਈ ਗਈ ਸਰ, ਹਾਈ ਕੋਰਟ ਨੇ ਹਟਾਇਆ ਨਹੀਂ ਉਹਨੂੰ ਮੰਤਰੀ ਦੇ ਤੌਰ ਤੇ, ਸੁਪਰੀਮ ਕੋਰਟ ਦੇ ਵਿੱਚ ਪਾਈ ਗਈ ਸੀ। ਜੀ ਮੈਂ ਉਹੀ ਤਾਂ, ਮਦਰਾਸ ਹਾਈ ਕੋਰਟ ਤੇ ਇਸ ਸੰਬੰਧੀ ਕੋਈ ਫੈਸਲਾ ਨਹੀਂ ਸੀ ਹੋਇਆ, ਤਾਂ ਫਿਰ ਉਹ ਜਿਹੜੀ ਸਥਿਤੀ ਸੁਪਰੀਮ ਕੋਰਟ 'ਚ ਉਸ ਪਟੀਸ਼ਨ ਵੱਲੋਂ ਦਾਇਰ ਕੀਤੀ ਗਈ ਜਿੱਥੇ ਫੈਸਲਾ ਅਜੇ ਵਿਚਾਰ ਅਧੀਨ ਹੈਗਾ। ਹੁਣ ਸਿੱਧੂ ਸਾਹਿਬ, ਜੇਕਰ ਅਜਿਹੀ ਸਥਿਤੀ ਦੇ ਵਿੱਚ ਸੁਪਰੀਮ ਕੋਰਟ ਅਜਿਹਾ ਕੋਈ ਫੈਸਲਾ ਦੇ ਦਿੰਦੀ ਹੈ ਕਿ ਜੇ ਵੀ ਹਾਂ ਵੀ ਜੇਲ੍ਹ ਦੇ ਵਿੱਚ ਬੰਦਾ ਜਿਹੜਾ ਬੈਠਾ ਉਹ ਮੰਤਰੀ ਨਹੀਂ ਰਹਿ ਸਕਦਾ, ਤਾਂ ਫਿਰ ਆਹ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਸੁਖਵਿੰਦਰ ਜੀ, ਇਹ ਠੁੱਸ ਹੋ ਜਾਂਦੀ ਆ, ਇਹਦੀ ਹਵਾ ਜਿਹੜੀ ਆ ਉਹ ਨਿਕਲ ਜਾਵੇਗੀ, ਕਿਉਂਕਿ ਆਮ ਆਦਮੀ ਪਾਰਟੀ ਇਸੇ ਚੀਜ਼ ਨੂੰ ਲੈ ਕੇ ਹੀ ਰਾਜਨੀਤੀ ਕਰਨ ਦੇ ਰੌਂ 'ਚ ਆ ਕਿ ਠੀਕ ਹੈ ਸਾਡਾ ਬੰਦਾ ਜੇਕਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੇਲ੍ਹ 'ਚ ਵੀ ਚਲੇ ਜਾਂਦੇ ਨੇ ਤਾਂ ਅਸੀਂ ਕਹਾਂਗੇ ਸਾਡਾ ਹੀ ਸਰਕਾਰ ਜਿਹੜੀ ਹੈ ਜੇਲ੍ਹ ਤੋਂ ਚੱਲ ਰਹੀ ਆ, ਮੁੱਖ ਮੰਤਰੀ ਸਾਹਿਬ ਸਾਡੀ ਜੇਲ੍ਹ 'ਚ ਬੈਠ ਕੇ ਸਰਕਾਰ ਚਲਾ ਰਹੇ ਆ। ਪਰ ਜੇਕਰ ਸੁਪਰੀਮ ਕੋਰਟ ਇਸ ਦੇ ਸੰਬੰਧੀ ਫੈਸਲਾ ਦੇ ਦਿੰਦੀ ਆ, ਤਾਂ ਸੁਖਵਿੰਦਰ ਜੀ ਫਿਰ ਸੁਪਨੇ ਤਾਂ ਚੂਰ ਹੋਣਗੇ ਹੋਣਗੇ, ਆਮ ਆਦਮੀ ਪਾਰਟੀ ਨੂੰ ਢਾਹ ਜਿਹੜੀ ਆ ਵੱਡੀ ਲੱਗ ਸਕਦੀ ਹੈ, ਕਿਉਂਕਿ ਇਸ ਵੇਲੇ ਮਨੀਸ਼ ਸਿਸੋਦੀਆ ਵੀ ਉਹਨਾਂ ਦੇ ਅੰਦਰ ਨੇ, ਦੂਜੇ ਪਾਸੇ ਸਤਿੰਦਰ ਜੈਨ ਵੀ ਅੰਦਰ ਨੇ, ਸੰਜੇ ਸਿੰਘ ਵੀ ਅੰਦਰ ਨੇ, ਤੇ ਇੱਕ ਭੂਮਿਕਾ 'ਚ ਆਪਣਾ ਤੁਸੀਂ ਪ੍ਰਸ਼ਨ ਕੀਤਾ ਕਿ ਫਿਰ ਮੁੱਖ ਮੰਤਰੀ ਹੋਊਗਾ ਕੌਣ, ਤਾਂ ਅਜਿਹੀਆਂ ਸਥਿਤੀਆਂ 'ਚ ਮੇਰਾ ਨਹੀਂ ਖਿਆਲ ਕਿ ਕੋਈ ਦਿੱਲੀ ਦਾ ਫਿਰ ਕੋਈ ਹੋਰ ਮੰਤਰੀ ਮੁੱਖ ਮੰਤਰੀ ਦੇ ਅਹੁਦੇ ਵਾਸਤੇ ਅੱਗੇ ਆਵੇ, ਇਹ ਵੀ ਬੜੀ ਦਿਲਚਸਪ ਸਥਿਤੀ ਹੋਵੇਗੀ, ਕਿਉਂਕਿ ਜਿਸ ਤਰੀਕੇ ਨਾਲ ਈਡੀ ਫਿਰ ਇੱਕ ਬੰਦੇ ਨਾਲ ਇਸ ਸੰਬੰਧੀ ਜਾਂਚ ਕਰਕੇ ਕਈ ਕਈ ਖੁਲਾਸੇ ਕਰ ਰਹੀ ਆ, ਤਾਂ ਸੁਖਵਿੰਦਰ ਜੀ ਫਿਰ ਹੋ ਸਕਦਾ ਕਿ ਮੁੱਖ ਮੰਤਰੀ ਦਾ ਅਹੁਦਾ ਹੀ ਖਾਲੀ ਹੋ ਜਾਵੇ ਜੇਕਰ ਅਜਿਹੀਆਂ ਸਥਿਤੀਆਂ ਬਣਦੀਆਂ ਨੇ। ਬਾਕੀ ਹੁਣ ਇਹ ਵੇਖਣਾ ਹੋਵੇਗਾ
ਜਿਸ ਤਰੀਕੇ ਸੁਪਰੀਮ ਕੋਰਟ ਦੀ ਉਹ ਰੂਲਿੰਗ ਜਿਹੜੇ ਜਿਸ ਤੇ ਫੈਸਲਾ ਆਉਣਾ ਆ ਉਹਦੇ ਸੰਬੰਧੀ ਕੀ ਕੇਜਰੀਵਾਲ ਦੇ ਸੁਪਨਿਆਂ ਨੂੰ ਪੂਰਨ ਤੌਰ ਤੇ ਸਾਕਾਰ ਕਰਦਾ ਜਾਂ ਆਮ ਆਦਮੀ ਪਾਰਟੀ ਦੀ ਇਸ ਮੁਹਿੰਮ ਨੂੰ ਠੁੱਸ ਕਰ ਦਿੰਦੇ ਨੇ। ਸ਼ਾਇਦ ਇਸੇ ਹੀ ਕਾਰਨ ਇਹ ਜਿਹੜੀ ਮੁਹਿੰਮ ਸੁਖਵਿੰਦਰ ਜੀ ਅੱਜ ਮੈਂ ਵੀ ਹੂੰ ਕੇਜਰੀਵਾਲ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਆ। ਬਾਕੀ ਮੈਂ ਫਿਰ ਉੱਥੇ ਗੱਲ ਕਰਦਾ ਕਿ ਜੇਕਰ ਤੁਸੀਂ ਕੁਝ ਕੀਤਾ ਨਹੀਂ, ਜੇਕਰ ਤੁਸੀਂ ਆਪਣੇ ਆਪ ਨੂੰ ਭਾਰਤ ਦੇ ਸਭ ਤੋਂ ਇਮਾਨਦਾਰ ਵਿਅਕਤੀ ਵਜੋਂ ਸਾਬਤ ਕਰ ਰਹੇ, ਜੇ ਆਪਣੀ ਪਾਰਟੀ ਨੂੰ ਇਮਾਨਦਾਰ ਦੱਸ ਰਹੇ ਜੇ, ਤਾਂ ਫਿਰ ਅਜਿਹੀ ਮੁਹਿੰਮ ਦੀ ਲੋੜ ਨਹੀਂ ਸੀ, ਬਲਕਿ ਫਿਰ ਨਿੱਤਰ ਕੇ ਤੁਹਾਨੂੰ ਸਾਹਮਣੇ ਆਉਣਾ ਚਾਹੀਦਾ ਤੇ ਸਾਰੀਆਂ ਸਥਿਤੀਆਂ ਦਾ ਡਟ ਕੇ ਜਿਹੜਾ ਮੁਕਾਬਲਾ ਕਰਨਾ ਚਾਹੀਦਾ ਸੀ। ਬਾਕੀ ਹੁਣ ਵੇਖਣਾ ਹੋਵੇਗਾ ਕਿ ਇਹ ਮੁਹਿੰਮ ਕਿੱਥੋਂ ਤੱਕ ਅਰਵਿੰਦ ਕੇਜਰੀਵਾਲ ਨੂੰ ਖੜਦੀ ਹੈ ਜਾਂ ਕਿੱਥੇ ਤੱਕ ਨਹੀਂ ਖੜਦੀ। ਜੀ ਚਲੋ ਅਨਕ ਸਾਹਿਬ, ਤੁਸੀਂ ਸਾਡਾ ਪ੍ਰੋਗਰਾਮ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਰਾਜਸਥਾਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖ਼ਬਰਾਂ ਸਾਡੇ ਨਾਲ ਗੱਲਬਾਤ ਕੀਤੀ ਗਈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਈ। ਦੁਬਾਰਾ ਫਿਰ ਮਿਲਾਂਗੇ। ਧੰਨਵਾਦ।